ਸੁਖਵੀਰ ਬਾਦਲ ਪੋਨੀ ਟੇਲ ਕਰਕੇ ਐਲ.ਏ ਦੇ ਕਲੱਬਾਂ 'ਚ ਨੱਚਦਾ ਫਿਰਦਾ ਹੁੰਦਾ ਸੀ। ਭਗਵਾਂਤ ਮਾਨਯ ਜਰਾਸੀ ਦੰਗਿਆਂ ਨੂੰ ਲੈ ਕੇ ਸੁਖਵੀਰ ਬਾਦਲ ਦਾ ਵੱਡਾ ਰਾਜ਼ ਖੋਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹ ਦੰਗੇ ਹੋਏ ਉਦੋਂ ਛੋਟੇ ਬਾਦਲ ਸਾਹਿਬ ਅਮਰੀਕਾ ਦੇ ਕਲੱਬਾਂ ਵਿੱਚ ਪੋਨੀ ਟੇਲ ਕਰ ਨੱਚਦਾ ਫਿਰਦਾ ਸੀ। ਜਦੋਂ ਇਥੇ ਖੂਨ ਦੇ ਦਰਿਆ ਵਗ ਰਹੇ ਸੀ ਉਦੋਂ ਛੋਟਾ ਬਾਦਲ ਉਥੇ ਐਸ਼ ਕਰ ਰਿਹਾ ਸੀ ਅਤੇ ਜਦੋਂ ਸਭ ਕੁਝ ਠੀਕ ਹੋ ਗਿਆ ਤਾਂ ਵੱਡੇ ਬਾਦਲ ਨੇ ਕਿਹਾ ਕਿ ਆਜਾ ਪੁੱਤ ਤੈਨੂੰ ਡਿਪਟੀ ਸੀਐਮ ਬਣਾ ਦਿੰਨੇ ਆ ਇਹ ਇਹ ਕਹਿਣਾ ਹੈ ਭਗਵੰਤ ਮਾਨ ਦਾ ਦੇਖੋ ਜਿਸ ਵੇਲੇ ਪੰਜਾਬ ਦੇ ਹਾਲਾਤ ਖਰਾਬ ਹੋਏ ਸੀ ਉਸ ਵੇਲੇ ਸੁਖਵੀਰ ਬਾਦਲ ਪਿੱਛੇ ਪੋਨੀ ਪੋਨੀ ਟੇਲ ਕਰਕੇ ਐਲ.ਏ ਦੇ ਕਲੱਬਾਂ 'ਚ ਨੱਚਦਾ ਫਿਰਦਾ ਹੁੰਦਾ ਸੀ ਉਦੋਂ ਬੇਕਸਫੀਲਡ ਇਹ ਪਤਾ ਨਹੀਂ ਕਿਹੜੀ ਪੜਾਈ ਕੀਤੀ ਉਹ ਤਾਂ ਦੱਸੀ ਨਹੀਂ ਇਹਨੇ ਕਦੇ ਸੋ ਮੈਂ ਹੀ ਆਪਣੇ ਪਾਛਨਾਂ ਦੇ ਵਿੱਚ ਵੀ ਕਹਿੰਦਾ ਰਿਹਾ ਕਿ ਜਿਸ ਵੇਲੇ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਮੁੰਡੇ ਮਰ ਰਹੇ ਸੀ ਭਾਵੇਂ ਉਹ ਹਾਰਡਲਾਈਨਰ ਵਾਲੇ ਪਾਸੇ ਸੀ ਭਾਵੇਂ ਪੁਲਿਸ ਵਾਲੇ ਪਾਸੇ ਸੀ ਭਾਵੇਂ ਆਮ ਲੋਕ ਸੀ ਜਿਸ ਵੇਲੇ ਇੱਥੇ ਖੂਨ ਦੇ ਦਰਿਆ ਵਹਿ ਰਹੇ ਸੀ ਉਸ ਵੇਲੇ ਇਹ ਉੱਥੇ ਮौजਾਂ ਕਰਦੇ ਸੀ ਅਮਰੀਕਾ 'ਚ ਤੇ ਜਦੋਂ ਹਾਲਾਤ ਜਦੋਂ ਹਾਲਾਤ ਠੀਕ ਹੋਗੇ ਕਹਿੰਦੇ ਆਜਾ ਪੁੱਤੈ ਨੂੰ ਡਿਪਟੀ ਸੀਐਮ ਬਣਾ ਦਿੰਨੇ ਮਾਨ ਸਾਹਿਬ ਦਾ ਇਹ ਵੀ ਕਹਿਣਾ ਹੈ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਦੂਜਿਆਂ ਨੂੰ ਕੁਰਬਾਨੀ ਕਰਨ ਲਈ ਕਿਹਾ ਹੈ ਆਪ ਕਦੀ ਵੀ ਕੋਈ ਕੁਰਬਾਨੀ ਨਹੀਂ ਕੀਤੀ ਭਗਵੰਤ ਮਾਨ ਹੋਰ ਕਿਹੜੇ ਖੁਲਾਸੇ ਕਰ ਰਹੇ ਨੇ ਆਓ ਤੁਸੀਂ ਖੁਦ ਹੀ ਦੇਖ ਲਓ ਸੋ ਇਹ ਉਹ ਲੀਡਰ ਨੇ ਜਿਹੜੇ ਲੋਕਾਂ ਨੂੰ ਹਮੇਸ਼ਾ ਕਹਿੰਦੇ ਨੇ ਕੁਰਬਾਨੀਆਂ ਲਈ ਤਿਆਰ ਰਹੋ ਆਪ ਨਹੀਂ ਕਦੇ ਇਹਨਾਂ ਨੇ ਕੁਰਬਾਨੀ ਕਰਨੀ ਸੋ ਇਹ ਇਹ ਗੱਲ ਸਹੀ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਕੋਈ ਹੱਕ ਨਹੀਂ ਇਸ ਗੱਲ ਦਾ ਬਲਕਿ ਜੋ ਜਿਹੜੀ ਨਿਰਪਰੀਤ ਕੌਰ ਹੈ ਅਤੇ ਜਿਹੜੀ ਇਸ ਦੰਗਾ ਪੀੜਤਾ ਹੈ ਕਤਲੇਆਮ ਦੀ ਪੀੜਤਾ ਉਹਦਾ ਸਾਰਾ ਪਰਿਵਾਰ ਮਾਰੇ ਗਿਆ ਉਹ ਵੀ ਜਗਦੀਸ਼ ਕੌਰ ਇਹ ਦੋਨੋਂ ਜਿਹੜੀਆਂ ਬੀਬੀਆਂ ਨੇ ਬੜੀ ਦਲੇਰੀ ਨਾਲ ਕੇਸ ਲੜੇ ਨੇ ਭੁੱਖੇ ਧਿਆਏ ਰਹਿ ਕੇ ਲੜੇ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਜੇ ਕਿਤੇ ਕਾਲੀਗੱਲ ਸਾਥ ਦੇ ਦਿੰਦਾ ਤਾਂ ਸ਼ਾਇਦ ਹੋਰ ਜ਼ਿਆਦਾ ਵਧੀਆ ਨਤੀਜੇ ਆ ਸਕਦੇ ਸੀ ਇਨਸਾਫ ਦੇ ਮੁਖਤਿਆਰ ਸਿੰਘ ਜਿਹੜਾ ਹੈ ਅੱਜ ਵੀ ਦਿੱਲੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ ਜਿਹੜਾ ਕਿ ਕਮਲਨਾਥ ਦੀ ਜਿਹੜੀ ਭੀੜ ਨੂੰ ਇਕਸਾਉਣ ਦੀ ਜਿਹੜੀ ਖਬਰ ਹੈ ਉਹਦਾ ਚਸ਼ਮਦੀਰ ਗਵਾਇ ਉਹਦੀ ਗਵਾਹੀ ਨਹੀਂ ਹੋਣ ਦਿੰਦੇ ਕਿਉਂਕਿ ਆਪ ਵਿਚ ਰਲੇ ਹੋਏ ਨੇ ਇਹ ਗੱਲ ਨਿਰਪਰੀਤ ਨਹੀਂ ਦਸੀ ਅਕਾਲੀ ਦਲ ਤਾਂ ਹਮੇਸ਼ਾ ਹੀ ਕਰਦਾ ਹੁੰਦਾ ਉਹ ਤਾਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮੌਕਾ ਹੋਵੇ ਉਹਨੂੰ ਐ ਲੱਗਦਾ ਬਸ ਅਸੀਂ ਪੰਥ ਦੇ ਅਸੀਂ ਰਾਖੇ ਆ ਪਰ ਹੁਣ ਉਹ ਗੱਲ ਨਹੀਂ ਰਹੀ ਕਿ ਬਲ ਸਾਹਿਬ ਦੇ ਇੱਕ ਆਵਾਜ਼ ਤੇ ਲੋਕ ਜਿਹੜੇ ਉੱਠ ਕੇ ਤੁਰ ਪੈਂਦੇ ਸੀ ਜਿਹੜਾਂ ਵੱਲ ਨੂੰ ਜਾਂ ਮਾਰਚ ਕਰਨ ਨੂੰ ਕੂਚ ਕਰੋ ਦਿੱਲੀ ਨੂੰ ਹੁਣ ਤਾਂ ਉਹਨਾਂ ਨੂੰ ਆਪ ਨੂੰ ਪਿੰਡਾਂ ਚ ਨਹੀਂ ਵੜਨ ਦਿੰਦੇ ਦੋ ਉਹਨਾਂ ਨੂੰ ਕਿਉਂ ਪੁੱਤਾਂ ਨੂੰ ਸੋ ਇਸ ਕਰਕੇ ਹੁਣ ਉਹ ਗੱਲ ਨਹੀਂ ਰਹੀ ਹੁਣ ਕੰਮ ਖਤਮ ਹੋ ਗਿਆ ਨਾ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ